किराए पर रहने तो ये मेरी दिल की तमन्ना सी तो असं योजे कच्चा घर कोठी बनाईए तो रब साडा भी बनावे। कच्ची कोठी वाली धी दे सुपने हुए साकार। पंजाब 24 आवर चैनल ते खबर लाउण दा होया असर। दस दईए कि पिंड डल दी धी जसविंदर कौर वल्लों एक कच्ची मिट्टी दी कोठी तैयार कीती गई सी, जिस विच इस धी ने दस्या सी कि ओह किराए दे घर विच रह रहे हन अते उस दे डैडी दे सट लग गई सी, जिसे कारण उन्हां दा घर अते दुकानां विक गईआं अते किराए दे मकान विच रहण लई मजबूर हो गई। हुण तां मकान दे किराए जोगे पैसे भी नहीं सी, पर इस धी दे सुपने कोठी दे सी अते एक कच्ची मिट्टी दी कोठी बना के समाज सेवी वीरां ते NRI वीरां तों एक मकान बना के देण दी गुहार लगाई सी, जिसकी कि वीडियो सोशल मीडिया ते वायरल होण तों पिछों समाज सेवी अते NRI वीरां ने इन्हां दी मदद कीती अते जिसदा कि इन्हां ने कुछ जगह एक कमरा खरीद लिया अते घर विच मच्छी मोटर दा बोर भी करवा लिया। हुण कच्चियां कंधां नूं पक्का करन दा काम रह गया है। इस मौके इन्हां मदद करन वाले सारे वीरां दा धन्नवाद कीता। समाज सेवी ASI दलजीत सिंह PP अते समाज सेवी सतिंदर सिंह गिल पंजाब पुलिस दे मुलाजम उचेचे तौर ते आए अते बेटी नूं शाबाश दित्ती अते उस दा नकदी नाल सन्मान भी कीता। जसविंदर कौर, अच्छा ते अज जिस तरह तुसी कोठी बनाई है ते अज कौन इत्थे तुहाडे कोल पहुंचा वेखणा? ਇੱਥੇ ਵੀਰ ਜੀ ਹੁਣੀ ਆਏ ਅੰਮ੍ਰਿਤਸਰੋਂ, ਉਹਨਾਂ ਸਾਡਾ ਬਹੁਤ ਮਾਨ ਸਨਮਾਨ ਕੀਤਾ ਅਤੇ ਉਹ ਬੜੇ ਖੁਸ਼ ਹੋ ਕੇ ਗਏ ਇੱਥੋਂ। ਅਤੇ ਕੀ ਕਿਹਾ ਉਹਨਾਂ ਜਿਹੜਾ ਇਸ ਕੋਠੀ ਨੂੰ ਵੇਖ ਕੇ? ਉਹਨਾਂ ਇਸ ਕੋਠੀ ਨੂੰ ਵੇਖ ਕੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਮੇਰੇ ਦਿਲ ਦੀ ਤਮੰਨਾ ਸੀ ਅਤੇ ਇਸ ਕਰਕੇ ਮੈਂ ਇਹ ਘਰ ਬਣਾਇਆ ਅਤੇ ਉਹ ਇਹ ਕੋਠੀ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਹੁਣ ਜਿਸ ਤਰ੍ਹਾਂ ਵੇਖਣ ਦੇ ਵਿੱਚ ਆਇਆ ਕਿ ਵੀਡੀਓ ਕਾਫੀ ਵਾਇਰਲ ਹੋਈ ਤੁਹਾਡੀ ਅਤੇ ਹੁਣ ਤੁਹਾਨੂੰ ਜਿਹੜੀ ਆ ਉਹ ਬਾਹਰੋਂ NRI ਵੀਰਾਂ ਵੱਲੋਂ ਵੀ ਜਿਹੜੀ ਮਦਦ ਭੇਜੀ ਗਈ ਹੈ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ NRI ਵੀਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਹੁਣ ਧੀ ਕਮਰੇ ਲਈ ਜਿੱਥੋਂ ਜਿੱਥੋਂ ਹੋ ਸਕਦਾ ਹੈ ਉਹ ਕਮਰੇ ਲਈ ਸਾਨੂੰ ਪੈਸੇ ਪਾ ਦੇਣ ਅਤੇ ਜਿਹੜੀ ਵੀ ਮਦਦ ਕਰਨਾ ਚਾਹੁੰਦੇ ਕਰ ਸਕਣ। ਅਤੇ ਵੈਸੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਵੈਸੇ ਤੁਸੀਂ ਖੁਸ਼ ਹੋ ਵੀ ਜੋ ਤੁਸੀਂ ਇੱਕ ਵਧੀਆ ਕੋਠੀ ਦਾ ਕੱਚੀ ਕੋਠੀ ਦਾ ਉਪਰਾਲਾ ਕੀਤਾ ਸੀ, ਹੁਣ ਪਰਮਾਤਮਾ ਨੇ ਚਲੋ ਤੁਹਾਡੀ ਜਾਂ NRI ਵੀਰਾਂ ਨੇ ਬਾਂਹ ਫੜੀ ਆ, ਅਤੇ ਹੁਣ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਖੁਸ਼ੀ ਆ? ਅਸੀਂ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿ ਸਾਡਾ ਥਾਂ ਵੀ ਲੈ ਲਿਆ ਗਿਆ, ਅਸੀਂ ਮੋਟਰ ਵੀ ਬਣਾ ਲਈ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਅਸੀਂ ਹੁਣ ਸਾਰੇ ਇਕੱਠੇ ਗੱਲਾਂ ਗੁੱਲਾਂ ਕਰਦੇ ਰਹਿੰਦੇ ਹਾਂ, ਖੁਸ਼ੀ ਖੁਸ਼ੀ ਰਹਿੰਦੇ ਹਾਂ। ਅਸੀਂ ਜੀ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਸੀਗੀ ਅਤੇ ਉਹ ਵੀਡੀਓ ਦੇਖ ਕੇ ਅਤੇ ਅਸੀਂ ਪਹਿਲਾਂ ਵੀ ਪਿੰਡ 'ਚ ਆਉਣਾ ਚਾਹੁੰਦੇ ਸੀਗੇ ਅਤੇ ਇਹ ਬੇਟੀ ਨੇ ਆਪਣੇ ਮਨ ਦੇ ਨਾਲ ਇੱਕ ਕੋਠੀ ਬਣਾ ਤਿਆਰ ਕੀਤੀ ਸੀ ਮਿੱਟੀ ਦੀ ਕੋਠੀ, ਲੇਕਿਨ ਉਹ ਕੋਠੀ ਵੱਲ ਵੇਖ ਕੇ ਬੱਚੇ ਨੇ ਆਪਣੇ ਸੁਪਨੇ ਸੰਜੋਏ ਸੀਗੇ ਕਿ ਮੇਰਾ ਆਪਣੇ ਕਿਰਾਏ 'ਤੇ ਰਹਿੰਦੇ ਸੀਗੇ, ਇਹਨਾਂ ਦੇ ਫਾਦਰ ਸਾਹਿਬ ਜਿਹੜੀ ਉਹ ਲੱਤ ਜਿਹੜੀ ਸੀ ਸੱਟ ਲੱਗਣ ਕਰਕੇ ਘਰ ਬਾਰ ਸਾਰਾ ਵਿਕ ਗਿਆ ਸੀਗਾ ਔਰ ਜਿੰਨਾ ਵੀ ਘਰ ਦਾ ਪੈਸਾ ਸੀਗਾ ਉਹ ਸੱਟ 'ਤੇ ਲੱਗ ਗਿਆ ਅਤੇ ਇਹ ਕਦੀ ਕਿਸੇ ਪਿੰਡ ਕਿਰਾਏ 'ਤੇ ਕਦੀ ਕਿਸੇ ਪਿੰਡ ਕਿਰਾਏ 'ਤੇ ਰਹਿੰਦੇ ਸੀਗੇ। ਇਹ ਕਿਹੜਾ ਪਿੰਡ ਹੈ ਜੀ? ਇਹ ਵੀ ਡੱਲ ਪਿੰਡ ਹੈ ਜੀ। ਅੱਛਾ ਜੀ, ਅਤੇ ਤੁਸੀਂ ਕਿੱਥੋਂ ਆਏ? ਅਸੀਂ ਜੀ ਅੰਮ੍ਰਿਤਸਰ ਤੋਂ ਆਏ। ਅੱਛਾ ਜੀ, ਅਤੇ ਇਹ ਬੱਚੀ ਨੇ ਇੱਕ ਕੋਠੀ ਤਿਆਰ ਕੀਤੀ ਸੀਗੀ ਅਤੇ ਕੋਠੀ ਦੇ ਬਣਾਉਣ ਦਾ ਮਕਸਦ ਉਹਦਾ ਇਹ ਸੀ ਕਿ ਮੈਂ ਸਾਡੀ ਵੀ ਕਦੇ ਇਹੋ ਜਿਹੀ ਕੋਠੀ ਹੋਵੇ ਅਤੇ ਕੁਛ NRI ਵੀਰਾਂ ਨੇ ਅਤੇ ਕੁਛ ਜਿਹੜਾ ਮੀਡੀਆ ਸੀਗਾ ਉਹਨਾਂ ਨੇ ਬੜੀ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਇਹ ਬੱਚੀ ਦੀ ਜਿਹੜੀਆਂ ਸੀਗੀਆਂ ਉਹ ਫਰਿਆਦਾਂ ਜਾਂ ਬੇਨਤੀਆਂ ਬੜੀਆਂ ਨੇੜੇ ਹੋ ਕੇ ਸੀਗੀਆਂ ਪਰਮਾਤਮਾ ਨੇ ਅਤੇ ਉਹ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਜਾਂ NRI ਵੀਰਾਂ ਨੇ ਬਹੁਤ ਹੀ ਹੈਲਪ ਕੀਤੀ ਹੈ, ਇਹਨਾਂ ਨੂੰ ਜਗ੍ਹਾ ਲੈ ਦਿੱਤੀ ਹੈ ਔਰ ਸਬਮਰਸੀਬਲ ਪੰਪ ਲਗਾ ਦਿੱਤਾ ਹੈ ਅਤੇ ਹੋਰ ਵੀ ਜਿਹੜੀ ਵੱਧ ਤੋਂ ਵੱਧ ਇਹਦੀ ਜਿਹੜੀ ਆ ਮਕਾਨ ਬਣਾਉਣ ਲਈ ਉਹ ਕਹਿ ਰਹੇ ਆ ਕਿ ਤੁਸੀਂ ਆਪਣਾ ਇਹਦਾ ਐਸਟੀਮੇਟ ਲਗਾਓ ਅਤੇ ਅਸੀਂ ਇਹਦਾ ਮਕਾਨ ਬਣਾ ਕੇ ਦੇਵਾਂਗੇ। ਇਹ NRI ਵੀਰ ਕਹਿ ਰਹੇ ਨੇ, ਚਲੋ ਬਹੁਤ ਅੱਛੀ ਗੱਲ ਹੈ, ਉਹਨਾਂ ਇਹਨਾਂ ਦੇ NRI ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਵੱਧ ਚੜ੍ਹ ਕੇ ਇਹਨਾਂ ਗਰੀਬ ਪਰਿਵਾਰ ਦੀ ਬਾਂਹ ਫੜੀ ਹੈ ਜੀ ਅਤੇ ਇਸ ਤਰ੍ਹਾਂ ਹੀ ਜਿਹੜੇ NRI ਵੀਰ ਨੇ ਹੋਰ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਅੱਗੇ ਵੱਧ ਚੜ੍ਹ ਕੇ ਇਹੋ ਜਿਹੇ ਪਰਿਵਾਰ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਤਿੰਦਰ ਗਿੱਲ ਆ ਔਰ ਮੈਂ ਅੰਮ੍ਰਿਤਸਰ ਤੋਂ ਆਇਆ ਵਾਂ, ASI ਦਲਜੀਤ ਸਿੰਘ ਜੀ ਹੁਣਾਂ ਦੇ ਨਾਲ ਅਸੀਂ ਇਕੱਠੇ ਆਏ ਹਾਂ ਅਤੇ ਅਸੀਂ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ 'ਤੇ, ਇੱਕ ਬੇਟੀ ਨੇ ਆਪਣਾ ਇੱਕ ਮਿੱਟੀ ਦਾ ਘਰ ਬਣਾਇਆ ਔਰ ਉਹਦੇ ਦਿਲ ਦੇ ਵਿੱਚ ਸੁਪਨਾ ਵਾ ਕਿ ਕਿਤੇ ਨਾ ਕਿਤੇ ਸਾਡਾ ਵੀ ਇੱਦਾਂ ਦਾ ਘਰ ਹੋਵੇ ਅਤੇ ਉਹ ਦੇਖ ਕੇ ਅਸੀਂ ਅੱਜ ਇੱਥੇ ਆਏ ਹਾਂ। ਕਿਸ ਤਰ੍ਹਾਂ ਦਾ ਜਿਹੜਾ ਲੱਗਿਆ ਪਰਿਵਾਰ? ਪਰਿਵਾਰ ਦੀ ਹਾਲਾਤ ਜਿਹੜੇ ਆ ਉਹ ਗਰੀਬ ਪਰਿਵਾਰ ਆ ਔਰ ਤਿੰਨ ਇਹਨਾਂ ਦੀਆਂ ਬੇਟੀਆਂ ਔਰ ਇੱਕ ਛੋਟਾ ਬੇਟਾ ਵਾ ਔਰ ਜਿਹੜੇ ਲੜਕੀ ਆ ਜਸਵਿੰਦਰ ਕੌਰ ਜਿਹਨੇ ਘਰ ਬਣਾਇਆ ਵਾ, ਵੀਡੀਓ ਵਾਇਰਲ ਕੀਤੀ ਸੀ, ਉਹਦੇ ਫਾਦਰ ਸਾਹਿਬ ਦੇ ਜਿਹੜਾ ਵਾ ਲਾਤੇ ਸੱਟ ਲੱਗੀ ਆ ਅਤੇ ਉਹ ਪੈਸਾ ਜਿਹੜਾ ਕਹਿੰਦਾ ਸਾਡੇ ਕੋਲ ਹੈਗਾ ਸੀ ਆਪਣਾ ਘਰ ਦੁਕਾਨਾਂ ਸਭ ਕੁਝ ਵਿਕ ਗਿਆ ਅਤੇ ਪੈਸਾ ਸਾਰਾ ਉਹਦੇ ਉਹਨਾਂ ਦੇ ਉੱਪਰ ਲੱਗ ਗਿਆ ਸੀ ਅਤੇ ਹੁਣ ਜਿਹੜਾ ਵਾ NRI ਵੀਰਾਂ ਨੇ ਔਰ
दानी सजना ने जिहड़ा वा बहुत ज़्यादा इन्हों की सपोर्ट की है। तो अं स्पैशली अज इतने कुछ देने नहीं आए ना कुछ मदद करना है, स्पैशली सिर्फ बेटी नू मिलन देना आए हैं, तो जो भी थोड़ा बहुत प्यार होगा अपने वालों देवांगे। तो की संदेश देना चाहूँगी? संदेश यही है जी, देखो कोई भी जिहड़ा वा अपने दिल दे विच जिहड़ा वा वो सपना जिहड़ा वा तुहाडा वो जरूर होना चाहिए। देखो बेटी ने अज घर बना के एक सुपना लिया तो उहदे ते काम करती रही, कहिंदी मैं रोज़ घर बनाउंदी हाँ तो रोज़ ढा दिंदी हाँ तो मालक अगे अरदास करदी हाँ कि साडा भी इदां दा घर होवे। तो अज मालक ने उन्हां नूं चलो घर भी दे दिता, तो थोड़ा बहुत जिहड़ा साइडां तों कंधां कुंधां दा काम रहिंदा वा लैटरिंग बाथरूम वह भी जिहड़े दानी वीर उन्हां दे फोन आ रहे आ इन्हां नूं तो वह भी उन्होंने बनाउण दा जिहड़ा वा इन्हां दे नाल वादा कीता वा। तो चलो सब चमत्कार हुंदे ने, देखो अपनियां अक्खां सामने तीन घंटे हर परेशानी का हल पाओ। सात इलमां दे माहिर पंडित हेमराज शास्त्री जी, मेरे कीते नूं कोई कट नहीं सकदा, कट्टन वाले नूं मुंह मंगिया ही ना। परेशानी जिवें मनचाहा प्यार, पति पत्नी चनबन, काले जादू दा खात्मा, बीमारी दवा ना लगना, वशीकरण करवाओ, जिस नूं चाहे उस नूं अपने वश च करो। लाटरी नंबर पाओ भावे 649 होवे जां लोटोमैक्स। धोखेबाज प्रेमी प्रेमिका सौतन दुश्मन नूं अपनियां अक्खां सामने तड़फदा वेखो। पंडित हेमराज शास्त्री जी, मोबाइल नंबर 8968869352 8968915987।